ਨਾਮ ਬੱਚੋ ਦਾ ਮੇਰਾ ਨਾਮ ਗੋਪਾਲ ਹੈ ਗੋਪਾਲ ਜੀ ਇਹ ਗੁੜੀਆ ਦੇ ਕੀ ਲੱਗਦੇ ਤੁਸੀਂ ਮੈਂ ਤਾਂ ਜੀ ਉਹਨਾਂ ਨੂੰ ਕਾਦੇ ਵਿੱਚ ਨੌਕਰੀ ਮਿਲਦੀ ਹੈ ਉਹਨੂੰ ਭਾਜੀ 에어ਪੋਰਟ ਤੇ ਥੋੜੇ ਆਪਣੇ ਚੈਕਿੰਗ ਦੀ ਨੌਕਰੀ ਮਿਲਦੀ ਹੈ ਠੀਕ ਹੈ ਹਾਂਜੀ ਤੇ ਕਦੋਂ ਇੱਥੋਂ ਗਈ ਸੀ ਪੰਜਾਬ ਤੋਂ ਇੱਥੋਂ 8-9 ਸਾਲ ਹੋ ਗਏ ਜਿੰਦਾ ਮਤਲਬ ਪਹਿਲਾਂ ਇੱਥੇ ਵੀ ਸਟੱਡੀ ਕਰਦੀ ਉੱਥੇ ਜਾ ਕੇ ਸਟੱਡੀ ਕੀਤੀ ਆ ਫਿਰ ਉਹਨੇ 3 ਸਾਲ ਦਾ ਕੋਰਸ ਕੀਤਾ ਫਿਰ ਜੋਬ ਮਿਲ ਗਈ ਕੋਈ ਪਹਿਲਾਂ ਹੈਗਾ ਫੈਮਿਲੀ ਚੋਂ ਉਸ ਮਹਿਕਮੇ ਦੇ ਵਿੱਚ ਨਹੀਂ ਪਹਿਲਾਂ ਕੋਈ ਨਹੀਂ ਹੈਗਾ ਕਿੰਨੀ ਕੁ ਪਰਿਵਾਰ ਦੇ ਵਿੱਚ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਜੀ ਦੇਖੋ ਤੁਹਾਡੇ ਸਾਹਮਣੇ ਸਾਰੇ ਮੂੰਹ ਮਿੱਠਾ ਕਰਦੇ ਪਏ ਆ ਬਹੁਤ ਵਧੀਆ ਮਾਹੌਲ ਆ ਜੀ ਘਰ ਦਾ ਸਾਰਿਆਂ ਨੂੰ ਖੁਸ਼ੀ ਆ ਕੀ ਏਮ ਸੀ ਉਹਦਾ ਜਦੋਂ ਛੋਟੀ ਹੁੰਦੀ ਸੀ ਗੱਲਾਂ ਕਰਦੀ ਹੋਣੀ ਆ ਕੀ ਬਣਨਾ ਚਾਹੁੰਦੀ ਸੀ ਇੱਥੇ ਪਹਿਲਾਂ ਤਾਂ ਕੁਛ ਨਹੀਂ ਸੀਗਾ ਜੀ ਬਸ ਜਦੋਂ ਫਿਰ ਬਾਹਰ ਚਲੇ ਗਏ ਫਿਰ ਉਸ ਹਿਸਾਬ ਦੇ ਨਾਲ ਸਟੱਡੀ ਕਰ ਲਈ ਉਹਨੇ ਬਾਅਦ ਚ ਕੋਰਸ ਕਰ ਲਿਆ ਕੋਰਸ ਕਰਨ ਤੋਂ ਬਾਅਦ ਫਿਰ ਜੋਬ ਮਿਲ ਗਈ ਪੂਰੀ ਫੈਮਿਲੀ ਸਾਰੀ ਉੱਥੇ ਹੀ ਹਾਂਜੀ ਸਾਰੇ ਸਾਰੇ ਉੱਥੇ ਆ ਜੀ ਕੀ ਲੱਗਦਾ ਆ ਲੋਕ ਕੁੜੀਆਂ ਦੇ ਨਾਲ ਵਿਤਕਰਾ ਕਰਦੇ ਆ ਤੁਹਾਡਾ ਕੁੜੀ ਨੇ ਹੋ ਕੇ ਵੀ ਇੰਨਾ ਨਾਂ ਚਮਕਾਇਆ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਭਾਜੀ ਕੋਈ ਮੈਂ ਕੁੜੀਆਂ ਭਾਜੀ ਮੁੰਡੇ ਸੇਮ ਹੀ ਆ ਕੋਈ ਫਰਕ ਨਹੀਂ ਹੈਗਾ ਇਹਨਾਂ ਦੇ ਵਿੱਚ ਕੁੜੀਆਂ ਸਮੇਂ ਮੁੰਡੇ ਨਾਲੋਂ ਜ਼ਿਆਦਾ ਤਰੱਕੀ ਕਰਦੀਆਂ ਸਾਡੇ ਬੱਚੇ ਆ ਸਾਡੇ ਬੇਟੇ ਹੀ ਆ ਉਹ ਕੁੜੀਆਂ ਦੀਆਂ ਹੋਰ ਫੈਮਿਲੀ 'ਚ ਕੌਣ ਕੌਣ ਹੈ ਉਹਨਾਂ ਦੇ ਹੋਰ ਚਾਚਾ ਜੀ ਆ ਉਹਨਾਂ ਦੇ ਮੰਮੀ ਆਇਆ ਵਾ ਚਾਚੇ ਆ ਉਹਦੇ ਹਾਂਜੀ ਮੈਂ ਤਾਇਆ ਜੀ ਹਾਂ ਹਾਂਜੀ ਸਾਰੇ ਬਾਹਰ ਹੀ ਆ ਬਈ ਹਾਂਜੀ ਸੁਨੀਤਾ ਰਾਣੀ ਸੁਨੀਤਾ ਜੀ ਕਿੱਥੇ ਰਹਿੰਦੇ ਹੋ ਤੁਸੀਂ ਬਿਹਾਰ ਇਟਲੀ ਪਰਮਾ ਵਿੱਚ ਕਿੰਨੀ ਦੇਰ ਪਹਿਲਾਂ ਹੋਏ ਸੀ ਮੈਨੂੰ ਤਾਂ 2 ਸਾਲ ਹੋਏ ਆ ਬਾਕੀ ਫੈਮਿਲੀ ਸਾਰੀ ਪਹਿਲਾਂ ਦੇ ਇੱਥੇ ਰਹਿੰਦੇ ਆ ਹਾਂਜੀ ਗੁੜੀਆ ਤੁਹਾਡੀ ਕਾਦੇ ਵਿੱਚ ਹੋਈ ਹੈ ਕੀ ਓਹੋ 에어ਪੋਰਟ ਦੇ ਉੱਤੇ ਚਾਰਜਿੰਗ 에어ਫੋਰਸ ਦੇ ਵਿੱਚ ਬਣੀ ਹਾਂਜੀ ਕਦ ਕਿੰਨੀ ਦੇਰ ਪਹਿਲਾਂ ਗੁੜੀਆ ਗਈ ਸੀ ਤਾਂ ਗੁੜੀਆ ਨੂੰ 3 ਸਾਲ ਹੋ ਗਏ ਆ ਇੱਥੋਂ ਗਈ ਨੂੰ ਹਾਂਜੀ ਉੱਥੇ ਜਾ ਕੇ ਉਹਨੇ ਪਹਿਲਾਂ ਇੱਥੋਂ ਪਲੱਸ 2 ਵਿੱਚ ਮਾਊਟ ਕਰਮਲ ਸਕੂਲ ਕੱਕੋ ਪੜ੍ਹਦੀ ਪਈ ਸੀ ਇੱਥੋਂ ਸਟੱਡੀ ਪੂਰੀ ਕਰਕੇ ਫਿਰ ਉੱਥੇ ਜਾ ਕੇ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਫਿਰ ਉਹਨੇ ਕੋਰਸ ਕੀਤਾ ਫਿਰ ਇਹਦਾ ਅਤੇ ਫਿਰ ਜਾ ਕੇ ਤਾਂ ਉਹਨੇ ਆਪਣਾ ਕੋਰਸ ਪੂਰਾ ਕਰਕੇ ਹੁਣ ਉਹਨੇ ਜੋਬ ਇੰਜੋਏ ਕੀਤੀ ਹੈ ਜਿਹੜੀ ਜੋਬ ਮਿਲੀ ਉਦੋਂ ਤੁਸੀਂ ਉੱਥੇ ਹੀ ਸੀਗੇ ਉਹਨਾਂ ਦੇ ਕੋਲ ਹੀ ਨਹੀਂ ਮੈਂ ਇੱਥੇ ਆਈ ਹੋਈ ਸੀਗੀ ਆਪਣੇ ਮੰਮੀ ਪਾਪਾ ਦੇ ਇੱਥੇ ਮੰਮੀ ਦੇ ਡੈਥ ਹੋ ਗਈ ਸੀ ਫਿਰ ਪਾਪਾ ਇਕੱਲੇ ਸੀ ਮੈਂ ਉਹਨਾਂ ਦੇ ਕੋਲ ਆਈ ਸੀ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਜਦੋਂ ਉਹਨੇ ਦੱਸਿਆ ਸੀ ਹਾਂਜੀ ਬਹੁਤ ਵਧੀਆ ਮਾਹੌਲ ਸੀਗਾ ਮੇਰੇ ਮੰਮੀ ਪਾਪਾ ਦੀ ਬਦੌਲਤ ਨਾਲ ਅੱਜ ਉਹ ਜੋ ਵੀ ਹੋਈ ਆ ਉਹ ਇਸੇ ਕਰਕੇ ਹੋਈ ਆ ਇਹਨਾਂ ਦੀਆਂ ਅਸੀਸਾਂ ਨਾਲ ਇਹਨਾਂ ਦੀ ਖੁਸ਼ੀ ਨਾਲ ਇਹਨਾਂ ਨੇ ਜੇ ਅੱਜ ਪਹੁੰਚਾਇਆ ਤਾਂ ਮੰਮੀ ਪਾਪਾ ਨੇ ਇੱਥੇ ਤੱਕ ਉਹਨਾਂ ਨੂੰ ਪਹੁੰਚਾਇਆ ਫੈਮਿਲੀ 'ਚ ਹੋਰ ਹੈਗਾ ਇਸ ਜੌਬ ਦੇ ਵਿੱਚ ਨਹੀਂ ਇਸ ਜੌਬ 'ਚ ਪਹਿਲੀ ਉਹ ਆ ਸਾਡੇ ਪੂਰੇ ਖਾਨਦਾਨ ਵਿੱਚੋਂ ਉਹਨੇ ਤਰੱਕੀ ਕੀਤੀ ਆ ਉਹੀ ਇਹਦੇ ਵਿੱਚ ਗਈ ਆ ਹਾਂਜੀ ਕਿੰਨੇ ਬੱਚੇ ਤੁਹਾਡੇ ਹਾਂਜੀ ਮੇਰੇ ਬੱਚੇ 2 ਬੇਟੀਆਂ ਆ ਇੱਕ ਬੇਟਾ ਆ ਕੁਛ ਦੱਸਿਆ ਉਹਨੇ ਉਹਦਾ ਕਿਸ ਤਰ੍ਹਾਂ ਦਾ ਕੰਮ ਕਰ ਰਹਿਣਾ ਉੱਥੇ ਹਾਂਜੀ ਬਹੁਤ ਵਧੀਆ ਕਹਿੰਦੀ ਮੈਨੂੰ ਮੈਂ ਬੜੇ ਇੰਜੋਏ ਕਰ ਰਹੀ ਆ ਬਹੁਤ ਵਧੀਆ ਮੈਨੂੰ ਲੱਗ ਰਿਹਾ ਹੈ ਕੁੜੀਆਂ ਦੇ 23 ਸਾਲ ਦੀ ਹੁਣ ਹੋਈ ਆ ਹਾਂਜੀ ਉਹ ਚਾਰਜਿੰਗ ਅਧਿਕਾਰੀ ਤੇ ਆ ਇਹ ਜੇ ਉਹ ਜਿੱਦਾਂ ਚੈਕਿੰਗ ਚਾਰਜਿੰਗ ਤੇ ਹਾਂਜੀ ਅਫਸਰ ਲੱਗੀ ਹਾਂਜੀ ਸਾਡਾ ਵੀ ਇਹੀ ਸੁਪਨਾ ਸੀਗਾ ਕਿ ਉਹ ਆਪਣੇ ਪੈਰਾਂ ਤੇ ਖੜੇ ਮੰਮੀ ਪਾਪਾ ਦਾ ਇਹੀ ਸੁਪਨਾ ਸੀਗਾ ਕਿ ਆਪਣੇ ਬੱਚੇ ਪੈਰਾਂ ਤੇ ਖੜੇ ਹੋਣ ਇਹਨਾਂ ਨੇ ਇਹਨਾਂ ਨੂੰ ਉਹਨੂੰ ਤਰੱਕੀ ਦੇ ਬੇਸ ਤੇ ਹੀ ਇੱਥੇ ਬੜੇ ਪੈਰਾਂ ਆਪਣੇ ਤੇ ਖੜੇ ਕਰ ਦੇ ਬੇਸ ਤੇ ਹੀ ਉਹਨੂੰ ਮਾਊਟ ਕਰਮਲ ਸਕੂਲ ਪੜ੍ਹਾ ਕੇ ਉੱਥੇ ਵੀ ਬੜਾ ਇਹਨਾਂ ਦੀ ਸਹਾਇਕ ਕੀਤੀ ਹੈ ਕਿਹਨੂੰ ਮੰਨਦੇ ਹੋ ਏਮ ਜੀ ਦੇ ਲੱਗਦਾ ਕਿ ਛੋਟੇ ਜਿਹੇ ਸ਼ਹਿਰ ਚ ਉੱਠ ਕੇ ਇਸ ਮੁਕਾਮ ਤੱਕ ਪਹੁੰਚਣਾ ਆ ਬੇਟੀ ਦੇ ਲਈ ਕਿਹਦਾ ਕਿਹਦੀ ਪ੍ਰੇਰਣਾ ਮੰਨਦੇ ਆ ਸਾਰੇ ਮੰਮੀ ਪਾਪਾ ਦੀ ਪ੍ਰੇਰਣਾ ਮੰਨਦੇ ਵੀ ਹਾਂਜੀ ਇਹਨਾਂ ਦੀ ਬਦੌਲਤ ਇਹਨਾਂ ਦੇ ਆਸ਼ੀਰਵਾਦ ਨਾਲ ਅੱਜ ਇਹ ਬੱਚੇ ਉਹ ਬੇਟੀ ਅੱਜ ਕਾਮਯਾਬ ਹੋਈ ਆ ਤਾਂ ਮੰਮੀ ਪਾਪਾ ਦੀ ਬਦੌਲਤ ਨਾਲ ਉਹ ਗਲਤੀ ਕਰ ਰਹੇ ਆ ਅੱਜ ਕੱਲ ਬੱਚੀਆਂ ਸਭ ਤੋਂ ਬੱਚਿਆਂ ਤੋਂ ਵੀ ਉੱਪਰ ਵਾ ਬੇਟਿਆਂ ਤੋਂ ਉੱਪਰ ਬੱਚੀਆਂ ਜਾ ਰਹੀਆਂ ਆ ਮਾਂ ਪਿਓ ਦਾ ਸੁਪਨਾ ਪੂਰਾ ਕਰ ਰਹੀਆਂ ਆ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਬੱਚੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਲਿਖਾਓ ਉਹਨਾਂ ਨੂੰ ਆਪਣੇ ਪੈਰਾਂ ਦੇ ਖੜੇ ਕਰੋ